7ਵੀਂ ਕਲਾਸ ਦੇ ਬਹੁਤ ਹੀ ਪਿਆਰੇ ਵਿਦਿਆਰਥੀਓ ਤੁਹਾਡਾ ਮੇਰੇ ਚੈਨਲ लेट्स ਲਰਨ ਵਿਦ ਇਜ਼ੀ ਟ੍ਰਿਕਸ ਤੇ ਸਵਾਗਤ ਹੈ ਅੱਜ ਆਪਾਂ ਸ਼ੀਟ ਨੰਬਰ 14 ਸੋਲਵ ਕਰਾਂਗੇ ਤੇ ਦਸ਼ਮਲਵ ਸੰਖਿਆਵਾਂ ਬਾਰੇ ਹੋਰ ਵਿਸਤ੍ਰਿਤ ਜਾਣਕਾਰੀ ਹਾਸਿਲ ਕਰਾਂਗੇ ਠੀਕ ਹੈ ਜੀ ਤਾਂ ਆਪਾਂ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਡੇ 50 ਦੀ ਐਕਟੀਵਿਟੀ ਇਹਦੇ ਵਿੱਚ ਆਪਾਂ ਨੂੰ ਕਿਹਾ ਗਿਆ ਹੈ ਕਿ ਹੇਠਾਂ ਦਿੱਤੀ ਸਾਰਣੀ ਵਿੱਚ ਦਰਸਾਈ ਗਈ ਸੰਖਿਆ ਨੂੰ ਕਿਸ ਤਰ੍ਹਾਂ ਪੜਿਆ ਅਤੇ ਲਿਖਿਆ ਜਾ ਸਕਦਾ ਹੈ ਹਾਊ ਡੂ ਵੀ ਰੀਡ ਐਂਡ ਰਾਈਟ ਦ ਨੰਬਰ 기ਵਨ ਇਨ ਦ ਫਾਲੋਇੰਗ ਟੇਬਲ ਦ ਟੇਬਲ ਦੇਖੋ ਕਿਦਾਂ ਬਣਾਇਆ ਹੋਇਆ ਹੈ ਇਕਾਈ ਦਾ ਅੰਕ ਹੈ ਫਿਰ ਦਸਵਾਂ ਫਿਰ ਸੌਵਾਂ ਯੂਨਿਟ ਟੈਂਥ ਐਂਡ ਹੰਡਰਡਥ ਥੋੜਾ ਜਿਹਾ ਰਿਵਾਈਜ਼ ਕਰ ਲਈਏ ਤਾਂ ਕਿ ਆਪਾਂ ਨੂੰ ਯਾਦ ਆ ਜਾਵੇ ਕੀ ਚੀਜ਼ ਹੈ ਇਹ ਮੈਨੇ ਦਸ਼ਮਲਵ ਡਰਾ ਕੀਤਾ ਇੱਥੇ ਇਧਰਲੇ ਪਾਸੇ ਆਪਣੇ ਕੋਲ ਕੀ ਹੁੰਦਾ ਇਕਾਈ ਉਸ ਤੋਂ ਬਾਅਦ ਕਿਹੜਾ ਅੰਕ ਹੁੰਦਾ ਹੈ ਦਹਾਈ ਉਸ ਤੋਂ ਬਾਅਦ ਕਿਹੜਾ ਅੰਕ ਹੁੰਦਾ ਹੈ ਸੈਂਕੜਾ ਇਸ ਤਰ੍ਹਾਂ ਹੀ ਚੱਲਦੇ ਜਾਂਦੇ ਆ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਇੰਗਲਿਸ਼ ਦੇ ਵਿੱਚ ਕੀ ਲਿਖਦੇ ਆ ਵਾਂਸ ਟੈਂਸ ਐਂਡ ਹੰਡਰਡਸ ਡੈਸੀਮਲ ਤੋਂ ਬਾਅਦ ਜਿਹੜਾ ਫਰਸਟ ਪਲੇਸ ਹੁੰਦਾ ਉਹਨੂੰ ਕੀ ਕਹਿੰਦੇ ਆ ਆਪਾਂ ਦਸਵਾਂ ਉਸ ਤੋਂ ਨੈਕਸਟ ਸੌਵਾਂ ਉਸ ਤੋਂ ਨੈਕਸਟ ਹਜ਼ਾਰਵਾਂ ਤੇ ਇੰਗਲਿਸ਼ ਦੇ ਵਿੱਚ 10ਵੇਂ ਨੂੰ ਕੀ ਕਹਿੰਦੇ ਆ 10th ਤੇ 100ਵੇਂ ਨੂੰ ਕੀ ਕਹਿੰਦੇ ਆ ਆਪਾਂ 100th ਠੀਕ ਹੈ ਜੀ ਹੁਣ ਆਪਾਂ ਇਸ ਹਿਸਾਬ ਨਾਲ ਹੀ ਇਹ ਸੰਖਿਆਵਾਂ ਨੂੰ ਪੜਾਂਗੇ ਫਰਸਟ ਲਾਈਨ ਦੇ ਵਿੱਚ ਦੇਖੋ ਸੰਖਿਆ ਯੂਨਿਟ ਪਲੇਸ ਤੇ ਕਿੰਨਾ ਹੈ 5 ਡੈਸੀਮਲ ਤੋਂ ਬਾਅਦ ਵਾਲ ਅੱਖਰ 10th ਪਲੇਸ ਤੇ ਕਿੰਨਾ ਹੈ 4 100th ਪਲੇਸ ਤੇ ਕਿੰਨਾ ਹੈ सैवन तो अपने को संख्या कितनी गई फाइव पॉइंट फोर सैवन ठीक है जी तो दूजी संख्या सैकेंड नंबर कि बन रहा है के स्थान पर कि फिर डेसीमल दशमलव टेंथ किन्ना जीरो हंडरथ किन्ना सिक्स तो वह अपने को दूजी संख्या बन जूगी टू पॉइंट जीरो सिक्स इतें ठीक है ਉਨੇ ਇਸ ਦੀ ਹੋਮ ਅਸਾਈਨਮੈਂਟ ਆਓ ਅਸੀਂ ਸੰਖਿਆ 5.46 ਦਾ ਵਿਸਤ੍ਰਿਤ ਰੂਪ ਲਿਖੀਏ lettes us write the expanded form of a number 5.46 ਤਾਂ ਕਿਦਾਂ ਲਿਖਿਆ ਉਹਨੇ ਲਿਖ ਕੇ ਆਪਾਂ ਨੂੰ ਦਿਖਾਤਾ 5.46 ਸੀ 5 ਤਾਂ ਇਕਾਈ ਦਾ ਅੰਕ ਹੈ ਠੀਕ ਹੈ ਤੇ ਜਿਹੜਾ 4 ਹੈ ਉਹ ਡੈਸੀਮਲ ਤੋਂ ਬਾਅਦ ਪਹਿਲਾ ਅੱਖਰ ਹੈ ਇਟ ਮੀਨਸ ਉਹ ਦਸਵਾਂਈ 6 ਜਿਹੜਾ ਹੈ ਉਹ 100 ਹੈ ਠੀਕ ਹੈ ਤਾਂ ਐਦਾਂ ਹੀ ਉਹਨੇ ਆਪਾਂ ਨੂੰ ਇੱਕ ਸਾਮ ਕਰਨ ਲਈ ਦਿੱਤਾ ਹੈ ਹੁਣ ਹੀ ਸੋਲਵ ਕਰ ਦਾਂਗੇ ਸੰਖਿਆ 2.06 ਦਾ ਵਿਸਤ੍ਰਿਤ ਰੂਪ ਲਿਖੋ ਐਕਸਪੈਂਡਡ ਫਾਰਮ ਕੀਦੀ ਲਿਖਣੀ ਹੈ 2.06 ਤਾਂ 2 ਹੈ ਆਪਣੇ ਕੋਲੇ ਇਕਾਈ ਦਾ ਅੰਕ 10th ਪਲੇਸ ਤੇ 0 100th ਪਲੇਸ ਤੇ 6 ਤਾਂ ਇਹ ਹੋ ਗਿਆ ਆਪਣੀ ਐਕਸਪੈਂਡਡ ਫਾਰਮ ਨੈਕਸਟ ਇਹ ਆਪਣੇ ਨੂੰ ਉਲਟਾ ਕਰਨ ਨੂੰ ਕਹਿ ਰਹੇ ਹਨ ਐਕਸਪੈਂਡਡ ਫਾਰਮ ਦੇਤੀ ਆਪਾਂ ਨੂੰ ਉਹ ਕਹਿ ਰਿਹਾ ਡੈਸੀਮਲ ਫਾਰਮ ਚ ਲਿਖੋ ਵਾਈਟ ਦਾ ਫੋਲੋਇੰਗ ਇਨ ਡੈਸੀਮਲ ਫਾਰਮ ਹੁਣ ਦੇਖੋ ਜੋ ਆਪਣੇ ਕੋਲੇ ਓਵਰਾ ਤੋਂ ਬਿਨੈ ਉਹ 29 ਹੈ ਠੀਕ ਹੈ ਪਲੱਸ ਸੌਰੀ 29 ਪੁਆਇੰਟ ਪਲੱਸ ਨਹੀਂ ਸੀ ਪੁਆਇੰਟ 10th ਪਲੇਸ ਤੇ 4 ਹੈ 100th ਪਲੇਸ ਤੇ 1 ਹੈ ਤਾਂ ਆਪਣੇ ਕੋਲੇ ਡੈਸੀਮਲ ਫਾਰਮ ਦੇ ਵਿੱਚ ਨੰਬਰ ਕੀ ਬਣ ਗਿਆ 29.41 ਕਲੀਅਰ ਹੋ ਗਿਆ ਬੇਟਾ ਹੁਣ ਆਪਾਂ ਇਸ ਤੋਂ ਨੈਕਸਟ ਡੇ 51 ਦੀ ਐਕਟੀਵਿਟੀ ਤੇ ਚੱਲਦੇ ਆਂ ਇਹ ਵੀ ਬਹੁਤ ਸੌਖਾ ਹੀ ਕੰਮ ਪੁੱਛ ਰਹੇ ਆਂ ਆਪਾਂ ਨੂੰ ਕੀ ਪੁੱਛਿਆ ਜਾ ਰਿਹਾ ਹੈ ਕਿ ਇਸ ਕਿਰਿਆ ਦੇ ਵਿੱਚ ਇੱਕ ਸੰਖਿਆ ਬੋਰਡ ਦੇ ਉੱਪਰ ਵੰਟੇ ਸਿੱਟੇ ਗਏ ਆਂ ਠੀਕ ਹੈ ਇਹਨਾਂ ਤੋਂ ਜੋ ਸੰਖਿਆ ਬਣਦੀ ਹੈ ਉਹਨੂੰ ਦਸ਼ਮਲਵ ਵਿੱਚ ਲਿਖੋ in this activity marbles are thrown on number cardboard write the number which formed in decimal expression हां जी ਇਹੀ ਐਕਟੀਵਿਟੀ ਬੇਟਾ ਤੁਹਾਨੂੰ ਯਾਦ ਹੋਊਗਾ ਆਪਾਂ ਮੈਥ ਮੇਲੇ ਲਗਾਈ ਸੀ ਹਨਾ ਉਹਦੇ ਵਿੱਚ ਬਣਾਈ ਵੀ ਸੀ ਠੀਕ ਹੈ ਤੇ ਇਹਦੇ ਚ ਅਲੱਗ-ਅਲੱਗ ਆਨਸਰਸ ਵੀ ਕੱਢੇ ਸੀ ਯਾਦ ਹੈ ਨਾ ਬਸ ਉਸੇ ਤਰੀਕੇ ਨਾਲ ਆਪਾਂ ਇਹਨੂੰ ਸੌਲਵ ਕਰ ਦੇਣਾ ਦੇਖੋ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਆਪਾਂ ਕੀ ਦੇਖਾਂਗੇ ਵਾਂਜ਼ ਪਲੇਸ ਵਾਂਜ਼ ਪਲੇਸ ਦੇ ਵਿੱਚ ਕਿੰਨੇ ਬੰਟੇ ਕਿੰਨੇ ਇਹ ਮਾਰਬਲ ਡਿੱਗੇ ਹੋਏ ਨੇ ਗਿਣ ਕੇ ਦੇਖੋ ਵਾਂਜ਼ ਵਾਲਾ ਖਾਨਾ ਕਿਹੜਾ ਆਹ ਵਾਲਾ ਇਹਦੇ ਵਿੱਚ ਦੇਖੋ ਕਿੰਨੇ ਜਿਹੜੇ ਨੇ ਮਾਰਬਲ ਡਿੱਗੇ ਹੋਏ ਆ ਗਿਣ ਲਓ फटाफट ਮੈਂ ਵੇਟ ਕਰ ਰਹੀ ਹਾਂ ਤੁਹਾਡੇ ਗਿਨਣ ਦਾ 1 2 3 4 ਇਸ ਲਾਈਨ ਛੋੜ ਹੈ ਨੋ तो वनस किन्ने हो गए अपने को फोर इधर मतलब इस तो बाद एसीम आएगा ठीक है पहला आप टेंस गिन मतलब आ वाली लाइन ठीक है तो टेंस गिन लो वन टू मैंने तो तो अलावा होर कोई दिखा नहीं दोबारा ट्राई करिए टेंस वाले वन टू ओनली टू तो टेंस किन्ने हो गए अपने को ले? Two. हूँ आप गिने हंडरड्स वन टू थ्री फोर फाइव सिक्स तो किन्ने हंडरड्स ने सिक्स तो पॉइंट तो बाद हूँ टेंथ प्लेस गिनो वन टेंथ प्लेस ओनली वन हंडरथ प्लेस वन टू आ वाले ने दोनों ठीक है तो टू आ गया thousandth place 1 2 3 thousandth place ਚ ਕਿੰਨੇ ਆ 3 ਤਾਂ ਇਹਨੇ ਸਿਰਫ ਡੈਸੀਮਲ ਫਾਰਮ ਵਿੱਚ ਲਿਖਣ ਨੂੰ ਕਿਹਾ ਸੀ ਆਪਾਂ ਨੂੰ ਦਸ਼ਮਲਵ ਰੂਪ ਦੇ ਵਿੱਚ ਆਪਾਂ ਲਿਖ ਦਿੱਤਾ ਇਹ ਬਣ ਗਿਆ 624.1 2 3 624.1 2 3 ਕਲੀਅਰ ਬੇਟਾ ਜੀ ਇਸ ਦੀ ਹੋਮ ਅਸਾਈਨਮੈਂਟ ਤੇ ਚੱਲਦੇ ਆਂ ਇੱਥਾਂ ਲਿਖੇ ਨੂੰ ਅੰਕਾਂ ਵਿੱਚ ਦਰਸਾਓ ਰਾਈਟ ਫੋਲੋਇੰਗ ਇਨ ਨੰਬਰਸ ਦੇਖੋ ਆਪਾਂ ਨੂੰ ਸ਼ਬਦਾਂ ਦੇ ਵਿੱਚ ਤਾਂ ਉਹਨੇ ਲਿਖ ਕੇ ਦੇ ਹੀ ਦਿੱਤਾ ਹੈਨਾ ਸ਼ਬਦ ਤਾਂ ਆਪਣੇ ਕੋਲ ਆ ਹੀ ਗਏ ਹੁਣ ਇਹਦਾ ਕੀ ਬਣਾਉਣਾ ਹੈ ਹਾਂਜੀ ਨੰਬਰ ਵੈਰੀ ਗੁੱਡ ਤਾਂ ਬਣਾ ਲਓ 69.69 ਕਿੰਨਾ ਹੁੰਦਾ ਹੁਣ ਮਿਲਾ ਕੇ ਦੇਖਿਓ ਮੇਰੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ 69 ਕਿੰਨਾ ਹੁੰਦਾ 69 ਠੀਕ ਹੈ ਪੁਆਇੰਟ ਕਿੰਨਾ ਕਿਹਾ ਹੈ 38 ਇੰਗਲਿਸ਼ ਦੇ ਵਿੱਚ ਵੀ ਪੜ੍ਹ ਲਓ 69 69 ਫਿਰ ਡੈਸੀਮਲ ਫਿਰ 3 ਫਿਰ 8 ਬਹੁਤ ਸੌਖਾ ਕੰਮ ਸੀ ਨਾ ਤਾਂ ਇਹ ਆਪਾਂ ਫਟਾਫਟ ਨੰਬਰਸ ਦੇ ਵਿੱਚ ਲਿਖਤਾ ਚਲੋ ਜੀ ਨੈਕਸਟ ਡੇ ਦੇ ਐਕਟੀਵਿਟੀ ਤੇ ਲਾਓ ਜੀ ਪੈਸੇ ਦਿੱਤੇ ਹੋਏ ਨੇ ਆਪਾਂ ਨੂੰ ਤਾਂ ਬਹੁਤ ਸਾਰੇ ਉਪਰੋਕਤ ਸਿੱਕਿਆਂ ਨੂੰ ਜੋੜ ਕੇ ਕਿੰਨੀ ਰਾਸ਼ੀ ਬਣਦੀ ਹੈ ਬ੍ਰੈਕਟ ਦੇ ਵਿੱਚ ਕੀ ਲਿਖਿਆ ਹੈ ਰੁਪਈਆ ਚ 82 ਕਿੰਨੀ ਬਣਦੀ ਹੈ ਰੁਪਈਆ ਚ ਦੱਸੋ ਤੇ ਉਸ ਨੂੰ ਅੰਕਾਂ ਅਤੇ ਸ਼ਬਦਾਂ ਵਿੱਚ ਲਿਖੋ ਮਤਲਬ ਇਹ ਤੁਸੀਂ ਪੰਜਾਬੀ మీడియం ਹੋ ਤਾਂ ਪੰਜਾਬੀ ਵਿੱਚ ਲਿਖੋ ਇੰਗਲਿਸ਼ మీడియం ਹੋ ਤਾਂ ਇੰਗਲਿਸ਼ ਵਿੱਚ ਵੀ ਲਿਖੋ ਤੇ ਅੰਕਾਂ ਚ ਤਾਂ ਲਿਖਣਾ ਹੀ ਲਿਖਣਾ ਹੈ ਠੀਕ ਹੈ ਤਾਂ ਜੋੜੀਏ ਆਪਾਂ ਕਿੰਨੇ ਪੈਸੇ ਨੇ 10 ਰੁਪਏ 2 ਰੁਪਏ 50 ਪੈਸੇ 10 ਪੈਸੇ ਤਾਂ ਹੁਣ ਜਿਹੜੇ ਰੁਪਏ ਨੇ ਉਹ ਤਾਂ ਰੁਪਈਆ ਚ ਜੁੜ ਜਾਣਗੇ 10 ਤੇ 2 12 ਰੁਪਏ ਹੋ ਜਾਣਗੇ ਤਾਂ 12 ਰੁਪਏ ਨੇ ਆਪਣੇ ਕੋਲੇ 50 ਤੇ 10 60 ਪੈਸੇ ਨੇ ਇੰਗਲਿਸ਼ਵਾਂ ਵਾਲੇ ਲਿਖ ਲਿਓ 12 ਰੁਪੀ 12 ਐਂਡ 60 ਪੈਸਾ ਠੀਕ ਹੈ ਹੁਣ ਇਹਨੂੰ ਉਹਨੇ ਕੀ ਕੀ ਹੈ ਰੁਪਈਆਂ ਚ ਬਦਲੋ ਹੁਣ 12 ਰੁਪਏ ਤਾਂ ਆਪਣੇ ਕੋਲੇ ਆਲਰੇਡੀ ਹੈਗੇ ਹੀ ਨੇ ਪਲੱਸ ਜਿਹੜੇ 60 ਪੈਸੇ ਨੇ ਉਹ ਕਿੰਨਿਆਂ ਚੋਂ ਨੇ ਸੌ ਚੋਂ ਕਿਉਂ ਨੇ ਬਈ ਸੌ ਚੋਂ ਕਿਉਂਕਿ 1 ਰੁਪਏ ਦੇ ਵਿੱਚ ਪੈਸੇ ਕਿੰਨੇ ਹੁੰਦੇ ਨੇ 100 ਜੇ 60 ਪੈਸਿਆਂ ਦੀ ਗੱਲ ਹੋ ਰਹੀ ਹੈ ਤਾਂ ਉਹ 100 ਦੇ ਵਿੱਚੋਂ 60 ਪੈਸੇ ਨੇ ਤਾਂ ਜੇ ਇਹਨੂੰ ਹੁਣ ਆਪਾਂ ਡੈਸੀਮਲ ਫਾਰਮ 'ਚ ਲਿਖਣਾ ਹੋਵੇ ਤਾਂ ਕਿਵੇਂ ਲਿਖਾਂਗੇ ਹੰਡਰੈਡਥ ਪਲੇਸ ਤੇ ਹੈ ਪਰ ਹੈਗੇ ਤਾਂ ਦੋ ਅੰਕ ਨੇ ਨਾ ਤਾਂ ਇਹ ਆਜੂਗਾ 12.60 ਜੇ ਸਮਝਣ ਦੇ ਵਿੱਚ ਥੋੜੀ ਜੀ ਪ੍ਰੋਬਲਮ ਆਈ ਹੋਵੇ ਤਾਂ ਆਪਾਂ ਦੂਸਰੇ ਤਰੀਕੇ ਨਾਲ ਵੀ ਇਹਨੂੰ ਸਿੱਖ ਸਕਦੇ ਹਾਂ ਕਿ ਦੋ ਜ਼ੀਰੋਆਂ ਨੇ ਇੱਕ ਦੇ ਨਾਲ ਦੋ ਜ਼ੀਰੋਆਂ ਨੇ ਤਾਂ ਆਪਾਂ ਇੱਥੋਂ ਦੋ ਜ਼ੀਰੋ ਅੱਖਰ ਜਿਹੜੇ ਨੇ ਬੈਕ ਜਾ ਕੇ ਪੁਆਇੰਟ ਲਗਾ ਦੇਣਾ ਇੱਥੇ ਪੁਆਇੰਟ ਆ ਜਾਊਗਾ ਠੀਕ ਹੈ ਇਹ ਕਿੱਥੇ ਸਿੱਖਿਆ ਸੀ ਆਪਾਂ ਸੋਚੋ ਇਹ ਡਿਵਾਈਡ ਹੈ ਬੇਟਾ ਜਿਹੜੀ ਆਪਾਂ ਸਿੱਖੀ ਸੀ ਸੈਕਿੰਡ ਚੈਪਟਰ ਦੇ ਵਿੱਚ ਵੀ ਕਿਸੇ ਸੰਖਿਆ ਨੂੰ ਆਪਾਂ 10 ਨਾਲ 100 ਨਾਲ 1000 ਨਾਲ ਡਿਵਾਈਡ ਕਰਨਾ ਹੈ ਤਾਂ ਆਪਾਂ ਉਨੇ ਹੀ ਡਿਜੀਟ ਬੈਕ ਜਾਣਾ ਠੀਕ ਹੈ ਤਾਂ ਐਦਾਂ ਆਪਾਂ ਬਣਾ ਲਿਆ ਇਹਨੂੰ ਰੁਪਿਆਵਾਂ ਦੇ ਵਿੱਚ 12 ਰੁਪਏ 60 ਪੈਸੇ ਸ਼ਬਦਾਂ ਦੇ ਵਿੱਚ ਤਾਂ ਐਦਾਂ ਲਿਖ ਦਿਓ 12.60 ਠੀਕ ਹੈ ਅੰਕਾਂ ਦੇ ਵਿੱਚ ਆਪਾਂ ਲਿਖੀ ਦਿੱਤਾ। ਚਲੋ ਜੀ ਨੈਕਸਟ ਕੰਮ ਤੇ ਇਸ ਦੀ ਹੋਮ ਅਸਾਈਨਮੈਂਟ। ਹਾਂਜੀ ਇਹਨਾਂ ਅੰਕਾਂ ਦਾ ਦਸ਼ਮਲਵ ਰੂਪ ਵਿੱਚ ਵਿਸਤਾਰ ਕਰਕੇ ਲਿਖੋ। ਦਸ਼ਮਲਵ ਰੂਪ 'ਚ ਵਿਸਤਾਰ ਕਰਨਾ ਹੈ ਠੀਕ ਹੈ। ਜੇ ਆਪਾਂ ਦੂਜੀ ਤਰ੍ਹਾਂ ਕਰਨਾ ਹੋਵੇ ਫਿਰ ਤਾਂ ਐਵੇਂ ਲਿਖਾਂਗੇ 2 8/10 9/100 ਕਿਉਂਕਿ 8 ਹੈ ਜਿਹੜਾ ਉਹ 10th ਪਲੇਸ ਤੇ ਹੈ 9th 100th ਪਲੇਸ ਤੇ ਹੈ ਪਰ ਇਹਨੇ ਆਪਾਂ ਨੂੰ ਕੀ ਕਹਿਤਾ ਕਿ ਦਸ਼ਮਲਵ ਰੂਪ ਵਿੱਚ ਹੀ ਲਿਖੋ ਤਾਂ ਇਹਦਾ ਮਤਲਬ ਇਹਨੂੰ ਕੀ ਲਿਖੋਗੇ 0.8 ਇਹਨੂੰ ਕੀ ਲਿਖੋਗੇ 0.09 ਆ ਚੀਜ਼ਾਂ ਤੇ ਤੁਸੀਂ ਮੇਰੇ ਪਹਿਲੀਆਂ ਵੀਡੀਓਜ਼ ਦੂਸਰੇ ਚੈਪਟਰ ਦੀਆਂ ਨਹੀਂ ਦੇਖੀਆਂ ਤਾਂ ਉੱਥੋਂ ਪਹਿਲਾਂ ਜਾ ਕੇ ਦੇਖੋ ਬੇਟੇ ਤੇ ਤੁਹਾਨੂੰ ਇਹਨਾਂ ਨੂੰ ਚੇਂਜ ਕਰਨਾ ਬਹੁਤ ਆਸਾਨੀ ਨਾਲ ਆ ਜਾਏਗਾ 8 ਨੂੰ 10 ਨਾਲ ਡਿਵਾਈਡ ਕਰਨਾ ਹੈ 9 ਨੂੰ 100 ਨਾਲ ਡਿਵਾਈਡ ਕਰਨਾ ਹੈ ਤੁਸੀਂ ਬਹੁਤ ਇਜ਼ੀਲੀ ਕਰ ਸਕੋਗੇ ਹੁਣ ਇਸ ਦਾ ਨੈਕਸਟ ਸਮ 14 ਹੈ 14 ਨੂੰ ਕਿਦਾਂ ਲਿਖੋਗੇ ਬਟੇ 10 4 ਹੁਣ 0.8 ਹੈ 10th ਪਲੇਸ ਤੇ ਹੈ ਤਾਂ 0.8 100th ਪਲੇਸ ਤੇ 9 ਹੈ 0.09 ਤਾਂ ਇਹ ਹੋ ਗਈ ਆਪਣੀ ਐਕਸਪੈਂਡਡ ਫਾਰਮ ਵਿਸਤ੍ਰਿਤ ਰੂਪ ਠੀਕ ਹੈ ਜੀ ਚਲੋ ਅਸਤੇ ਨੈਕਸਟ ਡੇ ਦੇ ਕੰਮ ਤੇ ਚਾਹ ਦੇਖਦੇ ਹਾਂ 53 ਚ ਕੀ ਕਹਿ ਰਹੇ ਆ ਸੰਖਿਆ ਰੇਖਾ ਤੇ ਬਿੰਦੂ A ਹੁਣ ਦੇਖੋ ਤੁਹਾਨੂੰ ਬਿੰਦੂ A ਦਿਖ ਰਿਹਾ ਇਹਦੇ ਵਿੱਚ ਆ ਸੀਗਾ ਬਿੰਦੂ A ਇਹ 0.9 ਨੂੰ ਦਿਖਾ ਰਿਹਾ ਹੈ ਕਹਿੰਦੇ ਕੀ ਤੁਸੀਂ ਹੇਠਾਂ ਦਿੱਤੀਆਂ ਸੰਖਿਆਵਾਂ ਨੂੰ ਇਸ ਤੇ ਦਰਸਾ ਸਕਦੇ ਹੋ ਔਨ ਦਾ ਗਿਵਨ ਨੰਬਰ ਲਾਈਨ ਪੁਆਇੰਟ A ਇਜ਼ ਰਿਪਰੈਜ਼ੈਂਟਿੰਗ ਨੰਬਰ 0.9 ਕੈਨ ਯੂ ਰਿਪਰੈਜ਼ੈਂਟ ਦਾ ਫਾਲੋਇੰਗ ਨੰਬਰ ਔਨ ਥਿਸ ਨੰਬਰ ਲਾਈਨ ਵਾਟ ਆਰ देयर ਥੀਸ ਨੰਬਰ 0.3 1.6 2.8 ਆਪਾਂ ਕਹਾਂਗੇ ਯੈਸ ਦਿਖਾ ਸਕਦੇ ਆ ਕਿਦਾਂ ਹੁਣ ਦੇਖੋ ਜ਼ੀਰੋ ਔਰ 1 ਦੇ ਵਿਚਾਲੇ ਉਹਨੇ ਕਿੰਨੇ ਪਾਰਟਸ ਕੀਤੇ ਨੇ ਜ਼ੀਰੋ ਔਰ 1 ਦੇ ਕਿੰਨੇ ਪਾਰਟਸ ਕੀਤੇ ਨੇ 1 2 3 4 5 6 7 8 9 10th ਪਾਰਟ ਦੇ 1 ਆਉਂਦਾ ਇਹਦਾ ਮਤਲਬ ਇਹ 10 10 ਪਾਰਟਸ ਕੀਤੇ ਹੋਏ ਨੇ ਇੱਕ ਯੂਨਿਟ ਦੇ ਤਾਂ ਹੁਣ ਜਦੋਂ ਤਾਂ ਹੀ ਤਾਂ ਉਹਨੇ a ਨੂੰ 0.9 ਕਿਹਾ ਸੀ ਨਾ ਕਿਉਂਕਿ ਜ਼ੀਰੋ ਤੋਂ ਬਾਅਦ ਇਹ ਵਧਨੇ ਸ਼ੁਰੂ ਹੋ ਗਏ 0.1 0.2 ਐਦਾਂ हूँ आपने दसा है जीरो पॉइंट थ्री तो कितने देखो ये जीरो पॉइंट थ्री आ जीरो पॉइंट वन है आ टू है आ थ्री है तो कित हो गया जी जीरो पॉइंट थ्री आ वाला ठीक है ये पॉइंट हो गया अपने को जीरो पॉइंट थ्री अगला है का अपने को वन पॉइंट सिक्स य मतलब वन तो अगर चल पे मतलब इधरों अगे बनूगा जो भी नंबर बनूगा पॉइंट सिक्स है तो आप सिक्स खाने अगे जाना है वन टू थ्री फोर फाइव सिक्स ले जी चलो फिर लगाओ ये निशानी इतने आजगा वन पॉइंट सिक्स आ वाला जरा पॉइंट है यह ऐदा ਨੈਕਸਟ ਹੈਗਾ 2.8 ਇਹਦਾ ਮਤਲਬ ਆਪਾਂ 2 ਤੋਂ ਅੱਗੇ ਚਲੇਗੇ 8 ਅੱਗੇ ਚਲੇਗੀ ਤਾਂ ਇੱਥੇ ਗਿਨੋ 1 2 3 4 5 6 7 ਤਾਂ ਇੱਥੇ ਆਪਾਂ ਐਰੋ ਲਗਾ ਦਾਂਗੇ ਇਹ ਕੀ ਦਿਖਾ ਰਿਹਾ ਹੈ 2.8 ਤਾਂ ਕਲੀਅਰ ਹੈ ਬੇਟਾ ਜੀ ਤੁਹਾਨੂੰ ਇਹ ਕਿ ਆਪਾਂ ਨੰਬਰ ਲਾਈਨ ਦੇ ਉੱਪਰ ਡੈਸੀਮਲ ਵਾਲੀਆਂ ਦਸ਼ਮਲਵਾਲੀਆਂ ਸੰਖਿਆਵਾਂ ਕਿੱਦਾਂ ਦਿਖਾ ਸਕਦੇ ਆ ਇਹ ਆਪਣਾ ਲਾਸਟ ਕੁਐਸਚਨ ਰਹਿ ਗਿਆ ਬਟੇ ਕੀ ਤੁਸੀਂ ਹੇਠਾਂ ਦਿੱਤੀਆਂ ਦਸ਼ਮਲਵ ਸੰਖਿਆਵਾਂ ਨੂੰ ਭਿੰਨਾਂ ਵਿੱਚ ਬਦਲ ਸਕਦੇ ਹੋ ਕੈਨ ਯੂ ਐਕਸਪ੍ਰੈਸ ਦਾ ਫਾਲੋਇੰਗ ਡੈਸੀਮਲ ਨੰਬਰਸ ਇਨ ਫ੍ਰੈਕਸ਼ਨ ਫਾਰਮ ਆਪਾਂ ਕਹਾਂਗੇ ਯੈਸ ਬਦਲ ਸਕਦੇ ਹਾਂ ਜਿਵੇਂ ਆਪਣੇ ਕੋਲੇ ਫਸਟ ਹੈ 0.3 ਤਾਂ ਇਸ ਦੇ ਉੱਪਰਲੇ ਪਾਸੇ ਆਪਣੇ ਕੋਲੇ ਨਿਊਮਰੇਟਰ ਦੇ ਵਿੱਚ ਡਿਜੀਟ ਕਿੰਨੇ 3 ਇਹ 10ਥ ਪਲੇਸ ਤੇ ਹੈ ਤਾਂ ਇਹਦਾ ਡੈਸੀਮਲ ਸਪਿੰਨਾ ਦੇ ਵਿੱਚ ਫ੍ਰੈਕਸ਼ਨ ਦੇ ਵਿੱਚ ਫਾਰਮ ਹੋ ਜਾਊਗਾ 3/10 1.6 ਅਗਲਾ ਜਿਹੜਾ ਕੁਐਸਚਨ ਹੈ ਤਾਂ ਉੱਪਰਲੇ ਪਾਸੇ ਆਪਣੇ ਕੋਲੇ ਕਿੰਨਾ ਹੈ ਬੇਟਾ ਜੀ 16 ਪੁਆਇੰਟ ਤੋਂ ਬਾਅਦ ਇੱਕੋ ਹੀ ਡਿਜੀਟ ਹੈ 10th ਪਲੇਸ ਹੈ ਤਾਂ ਆਪਾਂ ਲਗਾ ਦਾਂਗੇ 16/10 ਇਹ ਹੋ ਗਈ ਇਹਦੀ ਪਿੰਨ ਰੂਪ ਉਸ ਤੋਂ ਨੈਕਸਟ ਹੈ ਆਪਣੇ ਕੋਲੇ 2.8 ਤਾਂ ਇਹ ਆਪਣੇ ਕੋਲੇ ਕੀ ਸੰਖਿਆ ਹੈ 28/ दशमलव ਤੋਂ ਬਾਅਦ ਕਿੰਨੇ ਆਪਣੇ ਕੋਲ ਅੰਕ ਨੇ 1 ਤੇ ਆਜੂਗਾ 28/10 ਤੇ ਆਪਾਂ ਇਹਨੂੰ ਭਿੰਨ ਰੂਪ ਵਿੱਚ ਲਿਖ ਦਿੱਤਾ ਹੈ ਮੈਨੂੰ ਆਸ ਹੈ ਤੁਹਾਨੂੰ ਇਹ ਸਾਰੀ ਸ਼ੀਟ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ ਤੇ ਇਹਨੂੰ ਆਪਣੀ ਫੇਅਰ ਨੋਟਬੁੱਕ ਤੇ ਲਿਖ ਲੈਣਾ ਬੇਟਾ ਠੀਕ ਹੈ ਤੇ ਇਹਨੂੰ ਕੰਮ ਨੂੰ ਕੰਪਲੀਟ ਕਰ ਲੈਣਾ ਤਦ ਤੱਕ ਲਈ ਬਾਏ ਬੱਚੇ